पंजाब दे विच जिहड़े एमएलए ने एक्स एमएलए भावें वह दो बार जितते ने पांच बार जितते ने दस बार जितते ने उन्हां नूं सिर्फ एक टर्म की पेंशन ही मिलेगी ते उन्हां दे फैमिली पत्ते जिहड़े ने मुफ्त च मिलदे ने उन्हां दे विच वी कटौती कीती जाऊगी। जे कोई पांच वारी एमएलए बनिया तां उहनूं पांच पेंशनां नहीं मिलदी, सिर्फ इनक्रीमेंट मिलदे आ। ਇਹ ਪਹਿਲੀ ਗੱਲ ਤਾਂ ਇਹ ਆਮ ਆਦਮੀ ਪਾਰਟੀ ਦੇ ਲੀਡਰ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੇ ਕਿ ਇੱਕ ਐਮਐਲਏ 24 ਘੰਟੇ ਤੁਹਾਡੇ ਕੋਲ ਅਵੇਲੇਬਲ ਹੈ, ਉਹਦੇ ਦਫ਼ਤਰ ਦਾ ਖਰਚਾ ਹੀ ਇੰਨਾ ਜ਼ਿਆਦਾ ਹੋ ਜਾਂਦਾ 54,000 ਨਾਲ 60,000 ਨਾਲ 80,000 ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਇਹ ਜਿਹੜਾ ਫੈਸਲਾ ਭਗਵੰਤ ਮਾਨ ਨੇ ਕੀਤਾ ਇਨਕਰੀਮੈਂਟ ਬੰਦ ਕਰਨ ਦਾ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਅਤੇ ਜੇ ਐਮਐਲਏ ਨੂੰ ਇੱਕ ਪੈਨਸ਼ਨ ਮਿਲਦੀ ਹੈ, ਜੇ ਉਹਨੂੰ ਕੋਈ ਪਰਸੈਂਟੇਜ ਮਹਿੰਗਾਈ ਦੇ ਮੁਤਾਬਕ ਵੱਧਦੀ ਹੈ, ਤਾਂ ਇਹਦੇ 'ਚ ਕੋਈ ਨੁਕਸਾਨ ਨਹੀਂ ਹੈ, ਕੋਈ ਗਲਤ ਗੱਲ ਨਹੀਂ ਹੈ। ਲੋਕਾਂ ਨੂੰ ਭਗਵੰਤ ਮਾਨ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ। ਜਿਹੜਾ ਇੱਕ ਐਮਐਲਏ ਆਮ ਆਦਮੀ ਪਾਰਟੀ ਦਾ ਬਣਿਆ ਜਾਂ ਦੂਜੀਆਂ ਪਾਰਟੀਆਂ ਦਾ ਐਮਐਲਏ ਹੈ, ਜਿਹਦੇ ਕੋਲ ਕੋਈ ਬਿਜ਼ਨਸ ਨਹੀਂ ਹੈ, ਕੋਈ ਰਿਸੋਰਸਿਸ ਨਹੀਂ ਹੈ, ਉਹ ਆਪਣਾ ਘਰ ਬਾਰ ਕਿੱਦਾਂ ਚਲਾਊਗਾ, ਉਹ ਕਿੱਦਾਂ ਮੁਫ਼ਤ ਵਿੱਚ ਸੇਵਾ ਕਰੂਗਾ। ਮੈਂ ਇਸ ਚੀਜ਼ ਦੇ ਬਿਲਕੁਲ ਹੱਕ ਵਿੱਚ ਨਹੀਂ ਹਾਂ। ਕੰਮ ਤਾਂ ਕਰਨ ਵਾਲਾ ਇਹ ਹੈ, ਇਹ ਕਹਿੰਦੇ ਸੀ ਅਸੀਂ 15,000 crore ਰੁਪਇਆ ਐਕਸਾਈਜ਼ ਤੋਂ ਰੈਵਨਿਊ, ਕੰਮ ਤਾਂ ਉਹ ਕਰਨ, ਠੀਕ ਹੈ ਨਾ। ਰੇਤੇ ਬਜਰੀ ਤੋਂ ਕਹਿੰਦੇ ਸੀ ਅਸੀਂ 30,000 crore ਰੁਪਇਆ ਮੈਂ ਲਿਆਵਾਂਗੇ, ਕੰਮ ਤਾਂ ਇਹ ਕਰੇ ਨਾ ਜੀ। ਇਹ ਤਾਂ ਐਵੇਂ ਹੁਣ ਸ਼ੋਸ਼ੇਬਾਜ਼ੀਆਂ ਡਰਾਮੇਬਾਜ਼ੀਆਂ 'ਚ ਲੱਗ ਗਿਆ ਜੀ, ਉਹ ਪੱਤਾ ਕਟਾਤਾ ਜੀ, ਇਹ ਫੋਕੀ ਵਾਵਾ ਸ਼ਾਵਾ ਆ, ਇਹਦੇ ਵਿੱਚ ਕੁਛ ਨਹੀਂ ਰੱਖਿਆ। ਭਗਵੰਤ ਮਾਨ ਨੌਟੰਕੀ ਕਰਨ ਲੱਗਿਆ ਹੋਇਆ, ਇਹ ਨੌਟੰਕੀ ਪੰਜਾਬ ਦੇ ਲੋਕਾਂ ਨੂੰ ਰਿਜੈਕਟ ਕਰਨੀ ਚਾਹੀਦੀ। ਦੇਖੇ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਇੱਕ ਪੈਨਸ਼ਨ ਹੀ ਮਿਲਦੀ ਹੈ, ਸਿਰਫ ਅੱਗੇ ਇਨਕਰੀਮੈਂਟ ਹੁੰਦੇ ਨੇ, ਇਨਕਰੀਮੈਂਟ ਮਿਲਦੇ ਨੇ। ਕਦੇ ਵੀ ਜੇ ਕੋਈ ਪੰਜ ਵਾਰੀ ਐਮਐਲਏ ਬਣਿਆ ਤਾਂ ਉਹਨੂੰ ਪੰਜ ਪੈਨਸ਼ਨਾਂ ਨਹੀਂ ਮਿਲਦੀਆਂ, ਸਿਰਫ ਇਨਕਰੀਮੈਂਟ ਮਿਲਦੇ ਆ। ਇਹਨਾਂ ਨੇ ਭਗਵੰਤ ਮਾਨ ਨੇ ਸਿਰਫ ਜਿਹੜਾ ਇਨਕਰੀਮੈਂਟ ਸੀ, ਇਨਕਰੀਜ਼ ਸੀ ਕੁਛ ਪਰਸੈਂਟੇਜ, ਸਿਰਫ ਉਹ ਬੰਦ ਕੀਤੀ ਹੈ। ਪਹਿਲੀ ਗੱਲ ਤਾਂ ਇਹ ਆਮ ਆਦਮੀ ਪਾਰਟੀ ਦੇ ਲੀਡਰ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੇ। ਦੂਸਰੀ ਗੱਲ, ਸ਼੍ਰੀ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣੇ ਸੀ, ਸਾਡੇ ਕੋਲ ਡਾਟਾ ਅਵੇਲੇਬਲ ਹੈ, ਆਮ ਆਦਮੀ ਪਾਰਟੀ ਦੀ ਸੈਲਰੀ 54,000 ਰੁਪਏ ਸੀ ਉਸ ਟਾਈਮ ਟੋਟਲ ਅਮਾਲੂਮੈਂਟਸ, ਅਤੇ ਹੁਣ 90,000 ਹੈ। ਪੰਜਾਬ ਦੇ ਨਾਲੋਂ ਹਾਲੇ ਵੀ 10,500 ਰੁਪਇਆ ਦਿੱਲੀ ਦੇ ਐਮਐਲਏ ਦੀ ਸੈਲਰੀ ਵੱਧ ਹੈ। ਲੇਕਿਨ ਦਸੰਬਰ 2015 ਦੇ ਵਿੱਚ ਅਸੈਂਬਲੀ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ 2,10,000 ਰੁਪਇਆ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਜਿਹੜੀ ਸੈਲਰੀ ਆ ਹੋਣੀ ਚਾਹੀਦੀ ਆ। ਮੈਂ ਬਿਲਕੁਲ ਇਹ ਕਹਿਣਾ, ਜੋ ਕੇਜਰੀਵਾਲ ਨੇ ਦਸੰਬਰ 2015 'ਚ ਫੈਸਲਾ ਕੀਤਾ ਸੀ ਐਮਐਲਏ ਦੀਆਂ ਤਨਖਾਹਾਂ ਵਧਾਉਣ ਦਾ, 2,10,000 ਰੁਪਇਆ ਉਹ ਹੋਣਾ ਚਾਹੀਦਾ। ਬੇਸ਼ੱਕ ਇਹ ਆਮ ਆਦਮੀ ਪਾਰਟੀ ਦੇ ਸਿਰਫ ਜਿਹੜੇ ਉਹ ਉੱਪਰ ਉੱਪਰ ਵਾਲੇ ਕਹਿ ਲਓ, ਲੋਕਾਂ ਨੂੰ ਸ਼ਾਇਦ ਇਹ ਗੱਲ ਨਾ ਜਚੇ, ਲੇਕਿਨ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਐਮਐਲਏ 24 ਘੰਟੇ ਤੁਹਾਡੇ ਕੋਲ ਅਵੇਲੇਬਲ ਹੈ, ਉਹਦੇ ਦਫ਼ਤਰ ਦਾ ਖਰਚਾ ਹੀ ਇੰਨਾ ਜ਼ਿਆਦਾ ਹੋ ਜਾਂਦਾ, 54,000 ਨਾਲ 60,000 ਨਾਲ 80,000 ਨਾਲ ਗੁਜ਼ਾਰਾ ਨਹੀਂ ਹੋ ਸਕਦਾ, ਉਹਨੇ ਆਪਣੇ ਬੱਚੇ ਵੀ ਪਾਲਣੇ ਨੇ। ਜੇ ਤੁਸੀਂ ਇਕੱਲੀ ਕਹਿ ਦਿਓ ਵੀ ਸੇਵਾ ਹੀ ਹੈ, ਫਿਰ ਤਾਂ ਸਾਰੇ ਹਿੰਦੁਸਤਾਨ 'ਚ ਬੰਦ ਕਰ ਦਿਓ, ਫਿਰ ਸਾਰੇ ਬਰਾਬਰ ਕਰ ਦਿਓ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਯੂਪੀ ਦੇ ਵਿੱਚ ਇੱਕ ਐਮਐਲਏ ਦੀ ਜਿਹੜੀ ਤਨਖਾਹ ਆ ਟੋਟਲ ਅਮਾਲੂਮੈਂਟ 1,98,000 ਆ, ਤਕਰੀਬਨ 2,00,000। ਹਿਮਾਚਲ ਪ੍ਰਦੇਸ਼ ਦੇ ਵਿੱਚ 1,90,000 ਹੈ, ਰਾਜਸਥਾਨ ਦੇ ਵਿੱਚ 1,42,000 ਹੈ, ਤੇਲੰਗਾਨਾ ਦੇ ਵਿੱਚ 2,50,000 ਰੁਪਈਆ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਐਮਐਲਏ ਦਾ ਸਟੇਟਸ ਹੈ ਉਹ ਹੈਗਾ ਆ ਚੀਫ ਸੈਕਟਰੀ ਦੇ ਸਟੇਟ ਦੇ ਬਰਾਬਰ। ਮੈਂ ਕਹਿੰਦਾ ਨਾ ਤੁਸੀਂ ਉਸ ਤੋਂ ਵੱਧ ਦਿਓ, ਕਮ ਸੇ ਕਮ ਐਮਐਲਏ ਨੂੰ ਜਿਹੜਾ ਚੀਫ ਸੈਕਟਰੀ ਦਾ ਜਿਹੜਾ ਸਟੇਟਸ ਹੈ ਉਹ ਜ਼ਰੂਰ ਦੇਣਾ ਚਾਹੀਦਾ ਹੈ, ਉਹਦੇ ਨਾਲ ਉਹਨੂੰ 19 ਸੈਲਰੀ ਦੇਣੀ ਚਾਹੀਦੀ ਹੈ। ਇਹ ਕਿਉਂ ਮੈਂ ਕਹਿੰਦਾ, ਸਾਰਾ ਦਿਨ ਐਮਐਲਏ ਨੇ ਕੰਮ ਕਰਨਾ, ਉਹਨਾਂ ਦੇ ਪਰਿਵਾਰ ਵੀ ਨਾਲ ਕੰਮ ਕਰਦੇ ਨੇ। ਜੇ ਕਿਸੇ ਐਮਐਲਏ ਕੋਲ ਚਾਹ ਪਿਲਾਉਣ ਨੂੰ ਪੈਸੇ ਨਹੀਂ ਹੋਣਗੇ ਤਾਂ ਕਰਪਸ਼ਨ ਕਰੇਗਾ। ਇਹੀ ਕੇਜਰੀਵਾਲ ਨੇ ਕੀਤਾ ਸੀ ਆ ਕੇ, ਜੇ ਉਹਨਾਂ ਦੇ ਐਮਐਲਏ ਦੇ ਕੋਲ ਪ੍ਰੋਪਰ ਪੈਸੇ ਨਹੀਂ ਹੈ, ਰੋਟੀ ਚਲਾਉਣ ਨੂੰ ਪੈਸੇ ਨਹੀਂ ਆ, ਤਾਂ ਕਰਪਸ਼ਨ ਕਰਨਗੇ। ਇਹਦੇ ਵਿੱਚ ਕੋਈ ਬੁਰਾਈ ਨਹੀਂ,
कि एम एल ए की तनखा वध चाहिए है, ये कोई बुराई नहीं कि उन्हें पेनशन भी चाहिए है। हाँ जी गल मैं पहला कही है, एक गलत आम आदमी पार्टी ने प्रचार किया कि जी जो पांच बारी एम एल ए बन गया तो पेनशन लेंदा, ये गलत है। सिर्फ इंक्रीमेंट मिलती है, इस करके ये जो फैसला भगवंत मान ने किया इंक्रीमेंट बंद कर, मैं ये सहमत नहीं हाँ परसेंटेज कटाई वधाई जा सकती है। जिस तरह मैं डीसी भी रहा, मैं रिटायर होया एज एन आई एस अफसर, मेरे जिहड़े भत्ते ने उन्हां दे विच वी सरकारां द्वारा किते ना किते थोड़ा बाता महंगाई करके इनफ्लेशन करके उहदे च वी वाधा हुंदा। ते जे एम एल ए नूं इक पेनशन मिलदी है, जे उहनूं कोई परसेंटेज महंगाई दे मुताबक वधदी है, तो इहदे च कोई नुकसान नहीं है, कोई गलत गल नहीं है। लोगां नूं भगवंत मान दे इस फैसले का विरोध करना चाहिए। सर लगता नहीं है कि ये मानता कह रहे हैं कि लोगों का फायदा होगा, क्योंकि लगभग 80 करोड़ जो है वह बचत होगी 80 करोड़ की सर। लेकिन करप्शन कितनी बढ़ेगी, उन्हें एम एल ए करप्शन करेंगे कितों चलाएंगे अपने घर एम एल ए, जिहड़ा एक एम एल ए आम आदमी पार्टी का बनया जां दूजिया पार्टियां का एम एल ए है जिहदे कोले कोई बिजनेस नहीं है, कोई रिसोर्सिज नहीं है, वह अपना घर बार किदां चलाऊगा, वह किदां मुफ्त में सेवा करूँगा। मैं इस चीज़ के बिल्कुल हक विच नहीं हाँ। हाँ जिहड़ा इनक्रीमेंट है पेनशन तो बाद वह कटाया जा सकता है, उहदी परसेंटेज कटाई जा सकती है अकॉर्डिंग टू, मैं बार बार कहना अकॉर्डिंग टू महंगाई, जिवें महंगाई भत्ता मुलाजमान मिलता उस दे हिसाब नाल एम एल ए दा भी जिहड़ा इनक्रीज है महंगाई करके वह होनी चाहिए। सर इहदा मतलब कि भगवंत मान पंजाब दे लोकां नूं ड्रामेबाजी है, काम तो करन वाला यह है, ये कहते सी असी 15,000 करोड़ रुपया एक्साइज चो रेवेन्यू, काम तो वह करन, ठीक है ना। रेते बजरी तो कहते सी असी 30,000 करोड़ रुपया वहां लियावेंगे, काम तो यह करें ना जी, ये तो एवें हुण शोशेबाजियां ड्रामेबाजियां च लग गया जी, वह भत्ता कटाता जी, ये फोकी वाहवा शावा है, ये कुछ नहीं रखिया। ये पंजाब के लोग आम आदमी पार्टियां ने पहला भी गरंटियां दे के सानू वरगला लिया, इन्हां दे बहकलावे च ना आओ। ये जिहड़ा इनक्रीमेंट घटाया खत्म किया इहदे नाल कोई फर्क नहीं पैना, फर्क तो यह पैना कि अपनियां गड्डियां ना चलाउण, ये जे ये गल्लां ही करनियां चाहुंदे आ ते फिर ये ना करन। जे कितों रेवेन्यू जनरेट हुंदा है वह करन, एक्साइज चो रेवेन्यू जनरेट करन, रेते बजरी तो रेवेन्यू जनरेट करन, रूरल डिवेलपमेंट फंड है, वैट है, एक्साइज, ये सारा कुछ करन। आ जिहड़ियां भगवंत मान नौटंकी करन लग्या होया, ये नौटंकी पंजाब दे लोगां नूं रिजेक्ट करनी चाहिए।